ਇੰਨਾ ਵੱਡਾ ਹੋ ਕੇ ਵੀ ਟੋਫੀਆਂ ਕਿੰਨੀਆਂ ਖਾ ਰਿਹਾ? ਤੁਸੀਂ ਦੱਸ ਸਕਦੇ ਹੋ ਕਿ ਆਖਰੀ ਕਿੰਨਵੀਂ ਵਾਰ ਇਹਨੇ ਟੋਫੀਆਂ ਚੱਕੀਆਂ? ਨਹੀਂ ਤਾਂ ਆਓ ਦੇਖੀਏ। ਅਰਿਥਮੈਟਿਕ ਪ੍ਰੋਗਰੈਸ਼ਨ, ਅੰਕ ਗਣਿਤਿਕ ਲੜੀ, ਐਕਸਰਸਾਈਜ਼ 5.2 ਦਾ ਸਪਨਾ ਸਵਾਗਤ ਹੈ। ਕੁਐਸਚਨ ਕੀ ਹੈ? ਏਪੀ ਦਾ 33ਵਾਂ ਪਦ ਪਤਾ ਕਰੋ ਜਿਸ ਦਾ 11ਵਾਂ ਪਦ 31 ਅਤੇ 16ਵਾਂ ਪਦ 73 ਹੈ। ਹੁਣ ਇਸ ਵਿੱਚ ਜਿਵੇਂ ਆਪਾਂ ਪਹਿਲਾਂ ਸਵਾਲ ਕੀਤੇ ਸੀ, ਇਹਨੇ ਕੋਈ ਏਪੀ ਰਕਮ ਦਿੱਤੀ ਹੈ, ਸੀਰੀਜ਼ ਦਿੱਤੀ ਹੈ? ਨਹੀਂ। ਤਾਂ ਇਸਦਾ ਮਤਲਬ ਏ ਤੇ ਡੀ ਆਪਾਂ ਨੂੰ ਇਹਨਾਂ ਚ ਕੱਢਣੀ ਪੈਣੀ। ਵੈਰੀ ਗੁੱਡ, ਨਹੀਂ ਦਿੱਤਾ। ਏਪੀ ਦਾ 31ਵਾਂ ਪਦ ਮਤਲਬ 31st ਟਰਮ ਰਕਮ ਪਤਾ ਕਰਨੀ ਹੈ ਕਿ ਮੰਨ ਲਓ ਏਪੀ ਆ ਹੁੰਦੀ ਹੈ, ਕੋਈ ਨੰਬਰ ਐਵੇਂ ਲਿਖੇ ਹੁੰਦੇ ਆ ਨਾ, ਪੰਦਰਾਂ ਦੇ ਅੱਗੇ ਪਲੱਸ ਸੀ, ਹੁਣ ਏ ਚੋ ਏ ਘਟਾਏ
ਜੀਰੋ ਰਹਿ ਗਿਆ ਤੇ ਇੱਧਰ 10 15 ਤੋਂ 10 ਆਏ 5 ਨਿਸ਼ਾਨ ਕਿਹੜਾ ਮਾਈਨਸ ਕਿਉਂਕਿ 15 ਵੱਡੀ ਆ ਮਾਈਨਸ 3 ਇੱਧਰ ਕਿੰਨਾ ਹੋਗਾ ਤੇ ਅੱਗੇ ਜੋ ਛੁੱਟੀ ਕੀ ਕਰਨੀ ਹੈ ਮਾਈਨਸ ਕਿੰਨਾ ਹੋਗਾ ਮਾਈਨਸ ਕਰ ਕਿੰਨਾ ਹੋਗਾ ਮਾਈਨਸ ਕਰ 45 45 ਦੇਖ ਲੋ 13 ਚੋਂ 8 ਕੱਢੇ 5 ਉੱਪਰ ਆ ਗਿਆ 6 6 ਚੋਂ 3 ਕੱਢੇ 3 ਨਹੀਂ ਆਂਦਾ 35 ਆਂਦਾ ਨਾ 35 ਹੁਣ ਮਾਈਨਸ 5 ਕਿੱਧਰ ਜਾਊਗਾ ਇੱਧਰ ਇੱਧਰ ਮਾਈਨਸ 35 ਦੇ ਥੱਲੇ ਮਾਈਨਸ 5 ਬਰਾਬਰ ਮਾਈਨਸ ਮਾਈਨਸ ਕੱਟ ਗਏ 5 ਦੇ ਭਾੜੇ ਦੇ 35 ਕੱਟਿਆ 7 ਦੀ ਕਿੰਨਾ ਆ ਗਿਆ 7 ਦੀ 7 ਨੂੰ ਇੱਕ ਰਕਮ ਭਰਦੀ ਏ ਪਹਿਲੀ ਚ ਭਰਨ ਲੱਗੀ 38 ਬਰਾਬਰ ਏ ਪਲੱਸ 10 ਡੀ 38 ਬਰਾਬਰ ਏ ਓਵੇਂ ਪਲੱਸ 10 ਡੀ ਦੀ ਜਗ੍ਹਾ 7 ਭਰਿਆ 38 ਬਰਾਬਰ ਏ ਪਲੱਸ 10 ਗੁਣਾ 7 70 ਇੱਧਰ ਆ ਜਾਂਦਾ ਕੀ ਬਦਲਦਾ ਨਿਸ਼ਾਨ ਹੁਣ 70 ਚੋਂ ਏ 38 ਘਟਾਏ ਕਿੰਨਾ ਆ ਗਿਆ 70 ਚੋਂ 30 ਘਟਾਏ 40 40 ਚੋਂ 8 ਹੋਰ ਘਟਾ ਦੇ ਨਿਸ਼ਾਨ ਜਾਣੀ ਕਿੰਨਾ ਆ ਗਿਆ ਮਾਈਨਸ ਹੁਣ ਦੇਖੋ ਏ ਆਪਣੇ ਕੋਲ ਆ ਗਿਆ ਮਾਈਨਸ 32 ਟੀ ਕਿੰਨਾ ਆ ਗਿਆ 7 ਹੁਣ ਫੇਰ ਉਹੀ ਫਾਰਮੂਲਾ ਟੀ ਐਨ ਬਰਾਬਰ ਏ ਪਲੱਸ ਐਨ ਮਾਈਨਸ 1 ਗੁਣਾ ਡੀ ਹੁਣ ਇਹਦੇ ਚ ਏ ਕਿੰਨਾ ਭਰੂਗੀ ਡੀ ਕਿੰਨਾ ਭਰੂਗੀ ਐਨ ਕਿੰਨਾ ਭਰੂਗੀ ਕਿੰਨੀ ਰਕਮ ਹੁਣ ਪਤਾ ਕਰਨੀ ਹੈ 31 ਤੇ ਐਨ ਦੀ ਜਗ੍ਹਾ ਕਿੰਨਾ ਭਰੂੰਗੀ 31 ਤਾਂ ਉਵੇਂ ਭਰੀਏ ਏ ਆ ਗਿਆ ਮਾਈਨਸ 32 ਪਲੱਸ ਐਨ 31 ਮਾਈਨਸ 1 ਡੀ ਦੀ ਜਗ੍ਹਾ ਠੀਕ ਹੈ ਜੀ ਮਾਈਨਸ 32 ਪਲੱਸ 31 ਚ ਇੱਕ ਕੱਢੇ 30 7 ਮਾਈਨਸ 32 30 7 21 210 210 210 ਚੋਂ 32 ਕੀ ਕਰਨੇ ਆ ਜਵਾਬ ਆ ਗਿਆ 37ਵੀਂ ਰਕਮ ਕਿੰਨੀ ਆ ਗਈ 170 ਸਮਝ ਲੱਗ ਗਈ ਕੀ ਕੀਤਾ ਟੀਐਨ ਵਾਲੇ ਫਾਰਮੂਲਾ ਇੱਕੋ ਹੀ ਵਰਤਿਆ ਪਹਿਲਾਂ ਆਪਾਂ ਐਨ ਨੂੰ 11 ਟੀਐਨ ਨੂੰ 38 ਭਰ ਕੇ ਜਵਾਬ ਕੱਢਿਆ ਫਿਰ ਆਪਾਂ ਐਨ ਨੂੰ 16 ਟੀਐਨ ਨੂੰ 73 ਭਰ ਕੇ ਤੇ ਰਕਮ ਕੱਢੀ ਉੱਥੋਂ ਆਹ ਦੋ ਰਕਮਾਂ ਆ ਗਈਆਂ ਇਹ ਦੋ ਰਕਮਾਂ ਨੂੰ ਵਿਲੋਪਨ ਵਿਧੀ ਨਾਲ ਹੱਲ ਕਰਕੇ ਏ ਤੇ ਡੀ ਕੱਢ ਲਿਆ ਫਿਰ ਏ ਤੇ ਡੀ ਤੇ 31 ਵੀ ਰਕਮ ਪਤਾ ਕਰਨੀ ਸੀ ਐਨ ਦੀ ਜਗ੍ਹਾ 31 ਭਰ ਕੇ ਆਪਾਂ ਜਵਾਬ